ਫਾਇਦਾ ਨਹੀਂ ਹੋਇਆ ਮਾਰਨ ਦਾ, ਕੋਈ ਫਾਇਦਾ ਨਹੀਂ ਹੋਇਆ ਤੁਹਾਨੂੰ ਦੱਸਣ ਦਾ, ਕੋਈ ਫਾਇਦਾ ਨਹੀਂ ਹੋਇਆ ਇਹਨਾਂ ਦੋਵਾਂ ਨੂੰ ਕਿ ਵੀ ਇਹ ਜਲਦੀ ਆ ਜਾਣ। ਕੀ ਟਾਈਮ ਹੋ ਗਿਆ? 4 ਵਜਣ ਵਾਲੇ ਨੇ। ਮੈਂ ਕਹਿੰਦਾ ਐਸੀ ਟੀ ਠੱਡੀ ਤੁਸੀਂ ਨਹੀਂ ਵੇਖੀ ਹੋਣੀ। ਤੁਸੀਂ ਕਹਿੰਦੇ ਸੀ ਨਾ ਮਾਫ਼ ਕਰ ਦਿਆ ਕਰੋ ਇਹਨੂੰ, ਉਹ ਚਾਚਾ ਜੀ ਆਏ ਸੀ ਫੈਸਲ ਦੇ ਘਰ ਕਿ ਯਾਰ ਮਾਫ਼ ਕਰ ਦਿਆ ਕਰੋ, ਚਲੋ ਯਾਰ ਇਹਨਾਂ ਨੂੰ ਪੁੱਛਣਾ ਕਿਆ ਕਰੋ, ਹੁਣ ਅਸੀਂ ਸਾਰੇ ਬੈਠੇ ਹਾਂ, ਕੀ ਕਰੀਏ ਹੁਣ ਦੱਸੋ। ਠੀਕ ਆ ਜੀ, ਇਮਲੀ ਨੂੰ ਮੈਂ ਭੇਜਿਆ ਫੁੱਲਦੀਆਂ ਪੱਤੀਆਂ ਲੈਣ, ਬਾਹਰੋਂ ਫੁੱਲ ਵਰਸਾਓ, ਮੇਰਾ ਫਰੀਦ ਫੈਸਲ ਆਇਆ ਹੈ, ਅੱਜ ਇਹਨਾਂ ਦਾ ਇਸਤਕਬਾਲ ਕਰਨਾ, ਅਸੀਂ ਵੀ ਇਹਨਾਂ ਅਰਗੇ ਹੋ ਗਏ ਹਾਂ, ਕੱਲ੍ਹ ਤੋਂ ਸਾਰਿਆਂ ਨੇ 4 ਵਜੇ 5 ਵਜੇ ਆਉਣਾ। ਠੀਕ ਆ ਜੀ, ਠੀਕ ਆ ਸਰ। ਜਦੋਂ ਆਉਣ ਇੱਕ ਵਾਰੀ ਤੜਥੱਲਾ ਪਾ ਦੇਣਾ ਢੋਲ ਵੱਜਣ ਵੀ ਭਾਈ ਜਿਵੇਂ ਕੋਈ ਲਾਲਾ ਆ ਗਿਆ, ਤੇ ਬਸ ਅਸੀਂ ਬੈਠੇ ਹਾਂ, ਜਿੱਦਾਂ ਹੀ ਆਉਣਗੇ ਉਸ ਤੋਂ ਬਾਅਦ ਤੁਸੀਂ ਵੇਖਣਾ ਸੀ ਇਹਨਾਂ ਦਾ ਇਸਤਕਬਾਲ ਕਿਵੇਂ ਕਰਦੇ ਆ। ਤੁਸੀਂ ਐਕਟਿਵ ਰਹਿਣਾ ਵਾ, ਓਕੇ ਸਰ, ਹਰ ਚੀਜ਼ ਓਕੇ ਰੱਖਣੀ ਹੈ। ਠੀਕ ਆ, ਠੀਕ ਆ, ਓਕੇ। ਜਿਵੇਂ ਜੰਗਲੀ ਨਹੀਂ ਲੰਬੇ ਪੈ ਕੇ ਉਹਨਾਂ ਗੱਲਾਂ ਨੂੰ ਉਹਨਾਂ ਦੇ ਅੰਦਰ ਕਰਦੇ, ਪੂਰਾ ਅਦਬ ਇਹਤਰਾਮ ਦੇ ਨਾਲ, ਇਹਤਰਾਮ ਮੋਢੇ ਤੇ ਚੁੱਕ ਲੈਣਾ, ਮੈਂ ਕਹਿੰਦਾ ਚੁੱਕੋ ਮੋਢੇ ਤੇ, ਮੋਢੇ ਚੁੱਕ ਕੇ ਫ੍ਰੀ ਤਾਂ ਡੰਡ 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 ਜਾਣਿਆਂ ਨੇ ਚੁੱਕ ਲੈਣਾ। ਠੀਕ ਆ, ਉਹ ਗੱਡੀ ਵੀ ਉਹਨੂੰ ਤੁਸੀਂ ਲੈ ਦਿੱਤੀ, ਫੇਰ ਵੀ ਲੇਟ ਹੁੰਦਾ। ਹਾਂਜੀ, ਗੱਡੀ ਕਹਿੰਦਾ ਸੀ ਜੀ ਮੈਨੂੰ ਲੈ ਦਿਓ, ਮੈਂ 1 ਵਜੇ ਆ ਜਾ ਕਰਾਂਗਾ, ਗੱਡੀ ਵੀ ਲੈ ਲਈ ਆ ਤੇ 3 ਵਜੇ ਆ ਗਿਆ, ਤੇ ਸਭ ਤੋਂ ਪਹਿਲੇ ਦੀ ਗੱਡੀ ਖੋਲਿਆ। ਉਸਤਾਦ ਜੀ ਕੋ ਤੁਸੀਂ ਉਹ ਖੋ ਵੀ ਲਵੋ ਤਾਂ ਫਾਇਦਾ ਕੋਈ ਨਹੀਂ, ਉਹਦੇ ਕੋ ਦੂਜੀ ਗੱਡੀ ਵੀ ਆ, ਉਹ ਯਾ ਅੱਲਾ ਉਹ ਵਾਲੀ ਗੱਡੀ ਵੀ ਆ, ਉਹਦੇ ਕੋ ਉਹਨੇ ਉੱਤੇ ਆ ਜਾ ਕਰਾਂਗਾ। ਮੋਟਰਸਾਈਕਲ ਪੁੱਛ ਲੋ ਜੀ ਉਹਨਾਂ ਨੇ ਨਹੀਂ ਆਣਾ ਤੇ ਫਿਰ ਅਸੀਂ ਚਲੇ ਜਾਂਦੇ ਹਾਂ, ਘਰੋਂ ਘਰੀ ਹੋ ਜਾਂਦੇ, ਟਾਈਮ ਤੇ ਦੇਖੋ ਅੱਗੇ ਦਿਨ ਕੀ ਲੰਘ ਗਿਆ ਸਾਰੇ। ਬੈਠੋ ਚਲੋ ਏਡੇ ਤੁਸੀਂ ਆਰਟਿਸਟ, ਅੱਜ ਤਾਂ ਟੀ ਟਾਈਮ ਏਦਾਂ ਹੀ ਕਰਨਾ, ਇੱਥੇ ਬਾਹਰ ਕਰਦੇ ਕਿਉਂਕਿ ਬੱਤੀ ਗਈ ਹੈ, ਇਹਨਾਂ ਨੂੰ ਇੱਧਰ ਲੋਕਰ ਚ ਪਾ ਕੇ ਕਹਿਣਾ ਤੁਸੀਂ ਨੀ ਬੋਲਣਾ, ਫਰੇਮ ਚ ਵੀ ਤੁਸੀਂ ਆਉਣਾ ਵਾ, ਚੁੱਪ ਕਰਕੇ ਬੈਠੇ ਰਹੋ। ਸਾਜੀ ਆਪਾਂ ਗੇਟ ਦਾ ਬਾਹਰੋਂ ਹੀ ਤਾਲਾ ਲਾ ਦਿੰਦੇ ਆ ਵੀ ਉਹ ਵੀ ਆ ਕੇ ਦੇਖਣ, ਰਹਿਣ ਸਮਝਣ ਹੈ ਹੀ ਨਹੀਂ, ਉਹ ਵੀ ਨਹੀਂ ਆਏ, ਏਦਾਂ ਕਰ ਲਓ। ਅੱਜ ਇਹਨਾਂ ਨੂੰ ਇਹਨਾਂ ਕਹਾਉਣਾ ਜਿਹੜੇ ਬੈਠੇ ਟੀ ਟਾਈਮ ਦਾ ਵੇਟ ਕਰ, ਇਹਨਾਂ ਨੂੰ ਸਹੀ ਨਹੀਂ ਕਰਨਾ, ਇਹ ਕੀ ਹੱਲ ਆ? ਆ ਵੀ ਤੁਹਾਡੀ ਗੱਲ ਸਹੀ ਹੈ, ਸਹੀ ਕਰਨਾ ਚਾਹੀਦਾ, ਹਾਂ ਕਰਨਾ ਚਾਹੀਦਾ, ਉਹ ਨਹੀਂ ਹੋਣਾ ਇਹਨਾਂ ਨੇ। ਇਹ ਤੂੰ ਹਾਲਾਂਕਿ ਕਿੰਨਾ ਪਿਆਰ ਆ ਤੇਰੇ ਨਾਲ, ਮੇਰਾ ਤੇ ਅੱਡੇ ਪਤਾ ਹੀ ਆ, ਮਰ ਜਾ ਤੇਰੇ ਜਨਾਜ਼ੇ ਤੇ ਵੀ ਇਹਨਾਂ ਨੇ 2 ਘੰਟੇ ਲੇਟ ਆਉਣਾ। ਉਸਤਾਦ ਜੀ ਇਹ ਮਿਸਾਲ ਇੱਧਰ ਵੀ ਦੇ ਸਕਦੀ ਸੀ ਕਿ ਤੁਸੀਂ ਇਹ ਮੇਰੇ ਨਾਲੋਂ ਵੀ ਮਾੜਾ ਵਾ, ਤੁਸੀਂ ਮੈਨੂੰ ਕਹਿ ਰਹੇ ਵੀ ਆਉਣਾ ਉਹਨਾਂ ਨੇ। ਅੱਛਾ ਜੀ, ਹਾਂਜੀ, ਇਹਨਾਂ ਨੇ ਦੁਆ ਚ ਸ਼ਾਮਲ ਹੋਣਾ ਐਂਡ ਤੇ, ਉਹ ਵੀ ਆਖਰ ਦੇ ਪਿੱਛੇ, ਜਾਂ ਕੱਟਿਆ ਫਰੂਟ ਖਾਣ ਆਉਣਾ। ਹਾਂ, ਤੇ ਉਸ ਤੋਂ ਬਾਅਦ ਜਦੋਂ ਤੂੰ ਪੁੱਛਣਾ ਨਾ ਯਾਰ ਤੁਸੀਂ ਅੱਜ ਤੇ ਆਏ ਨੇ, ਕਹਿਣਾ ਉਸਤਾਦ ਜੀ ਸਭ ਤੋਂ ਪਹਿਲੇ ਦੇ ਆਏ ਆ, ਤੁਸੀਂ ਅੰਦਰ ਬੈਠੇ ਸੀ, ਤੁਹਾਡੇ ਗੈਸਟ ਬੈਠੇ ਸੀ, ਇਸ ਤੋਂ ਨਹੀਂ ਆਏ। ਏਦਾਂ ਹੀ ਬਾਕੀ ਉਹ ਬਹੁਤ ਲੇਟ ਕਰਦੇ ਆ, ਜਨਾਜ਼ੇ ਤੇ ਜਾਣ ਤੇ ਕੋਲਾਂ ਤੇ ਪਹੁੰਚਦੇ। ਹਾਂ, ਇਮਲੀ ਦਾ ਪਤਾ ਕਰ, ਪੱਤੀਆਂ ਲੈ ਕੇ ਆ, ਫੁੱਲ ਲੈ ਕੇ ਆ, ਵੱਡੇ ਵੱਡੇ ਗਜਰੇ ਲੈ ਕੇ ਆ, ਗਜਰੇ ਮੁਹੱਬਤ ਵਾਲੇ ਲੈ ਕੇ, ਚਾਹ ਬਣਾਓ ਜਲਦੀ ਅੰਦਰ, ਇਸਤਕਫਾਰ ਕਰਕੇ ਦੇਖ ਲਓ ਤੁਸੀਂ ਇੱਕ ਵਾਰੀ। ਮੈਂ ਕਹਿੰਦਾ ਤੂੰ ਜੋ ਮਰਜ਼ੀ ਕਰ ਲਾ, ਉਹ ਕਹਿੰਦੇ ਨਾ ਕਈ ਉਹ ਡੋਂਗ ਸਾੜ ਕੇ ਨਾ, ਹਾਂਜੀ, ਉਹਦਾ ਵੀ ਨਿਜ਼ਾਮ ਕਰਦੇ, ਇਹ ਸਭ ਫੇਲ ਕਰ ਦੇਣੇ ਇਹਨਾਂ ਨੇ। ਉਸਤਾਦ ਜੀ ਮੇਰਾ ਇੱਕ ਬਾਬਾ ਵਾਕਫ ਆ, ਉਹਦੇ ਕੋਲੋਂ ਲੈ ਚੱਲਦਾ, ਤੁਹਾਨੂੰ ਇਹਨਾਂ ਨੂੰ ਤਵੀਦ ਕਰਾ ਦਿਓ ਸਾਰੀ ਟਾਈਮ ਨਾਲ। ਮੈਂ ਕਹਿੰਦਾ ਬਾਬੇ ਨੇ ਵੀ ਜਿਹੜਾ 12 ਵਜੇ ਆਉਂਦਾ, ਉਹਨਾਂ ਨੇ 4 ਵਜੇ ਆਸਥਾਨੇ ਤੇ ਪਹੁੰਚਿਆ ਕਰੋ। ਇਹਨੇ ਲੇਟ ਹੋਣਾ, ਇਹਦਾ ਮਕਸਦ ਆ ਲੇਟ ਹੋਣਾ। ਏਦਾਂ ਹੀ ਤੁਸੀਂ 12 ਵਜੇ ਦਾ ਟਾਈਮ ਰੱਖ ਲਓ, 4 ਵਜੇ ਦਾ ਰੱਖ ਲਓ, ਰਾਤ ਨੂੰ 11 ਵਜੇ ਦਾ ਰੱਖ ਲਓ, ਲੇਟ ਆਉਣਾ ਵਾ। ਉਸਤਾਦ ਜੀ ਉਹਦੀ ਨਾ ਪ੍ਰੋਬਲਮ ਪਤਾ ਕੀ ਆ, ਉਹਨੇ ਸੁੱਖ ਸੁੱਖੀ ਹੋਈ ਆ ਲੇਟ ਹੋਣ ਦੀ, ਫੈਸਲਾ ਮੇਰਾ ਕੋਈ ਫਲਾਣਾ ਕੰਮ ਹੋ ਜਾਏ ਮੈਂ ਲੇਟ ਪਹੁੰਚਿਆ ਕਰੂੰਗਾ ਕੰਮ ਤੇ। ਮੈਂ ਤਾਂ 1962 ਚ ਆਉਣਾ ਸੀ, ਇੰਨਾ ਲੇਟ ਹੋਇਆ।
ਕੁਛ ਨਹੀਂ ਬਾਸ ਵੈਸੇ ਤੂੰ ਸਿਆਣਾ ਪੈਣਾ ਬੰਦਾ ਤੂੰ ਹੀ ਕੋਈ ਮਸ਼ਵਰਾ ਦੇ ਦੇ ਯਾਰ ਮਸ਼ਵਰਾ ਕੀ ਭਾਇਆ ਤੁਸੀਂ ਉਹਨਾਂ ਨੂੰ ਰੱਖਿਆ ਹੀ ਨਹੀਂ ਸਹੀ ਫੁੱਲ ਮਗਾਂ ਦੇ ਹੁਣ ਤੇ ਕੀ ਕਰਾਂ ਸਾਰਾ ਕੁਝ ਤੇ ਮੈਂ ਕਰਕੇ ਦੇਖ ਲਿਆ ਕਿ ਕੁੱਟਿਆ ਨਹੀਂ ਉਹਨਾਂ ਨੂੰ ਮਾਰਿਆ ਨਹੀਂ ਪਿਆਰ ਨਾਲ ਨਹੀਂ ਸਮਝਾਇਆ ਪਿਆਰ ਦੀ ਮਾਰ ਵਾਲੇ ਨਹੀਂਗੇ ਨਹੀਂ ਦੂਜਾ ਨਹੀਂ ਮਾਇਆ ਉਤਨ ਮਾਰ ਮਾਰ ਕੇ ਫੈਸਲ ਤੇ ਸੱਚੀ ਮੁੱਚੀ ਕੋਣੀ ਤੇ ਮੈਂ ਮਾਰੀ ਹੈ ਤਿੰਨ ਦਿਨ ਉਹ ਤਾਂ ਨਹੀਂ ਹਟ ਰਿਹਾ ਉਹ ਭਾਈ ਬਾਸ ਵਾਕਈ ਲੇਟ ਹੀ ਹੁੰਦੇ ਆ ਉਹਨਾਂ ਨੂੰ ਕੋਲੋਂ 20 ਦੀ ਬਰਫ਼ ਮੰਗਾਣੀ ਹੋਵੇ ਨਾ ਤਾਂ 100 ਰੁਪਇਆ ਦੇਣਾ ਪੈਂਦਾ ਵਾ ਅੱਧੀ ਉਹ ਰਾਹ 'ਚ ਖੋਰ ਲਿਆਉਂਦੇ ਆ ਫਿਰ ਆ ਕੇ 20 ਦੀ ਬਰਫ਼ ਪਹੁੰਚਦੀ ਹੈ ਘਰ ਉਹਨਾਂ ਦਾ ਸਲੀ ਮਾਰ ਕੇ ਉਹਨਾਂ ਨੂੰ ਨਾਲ 5-7,000 ਵੀ ਦੇ ਦਿੰਦੇ ਉਹ ਕਹਿੰਦੇ ਠੀਕ ਆ ਲੇਟ ਵੀ ਆਈ ਆ ਉਹ ਪੈਸੇ ਵੀ ਲਈ ਨਹੀਂ ਅੱਜ ਮੋਟਰਸਾਈਕਲ ਤੇ ਦੀ ਖੋ ਲੈਣੀ ਅਸਲਮ ਦਰਦੀ ਨੀ ਜਿਹੜਾ ਕੇਸ ਤਾਂ ਕਰਦਾ ਉਹਦੇ ਕੋਲ ਉਹਨਾਂ ਨੇ ਦੁੱਖ ਵਾਲੀਆਂ ਗੱਲਾਂ ਤੇ ਲਿਖਵਾਈਆਂ ਹੋਈਆਂ ਵਾ ਉਹ ਆ ਕੇ ਤੁਹਾਨੂੰ ਸੁਣਾ ਦਿੰਦੇ ਡਾਕਟਰ ਸੜ ਗਿਆ ਸੀ ਬੰਦ ਹੋ ਗਿਆ ਉਸ ਬਿਲਕੁਲ ਪੈਕ ਸੀ ਯਾਨੀ ਉਹਦੇ ਕੋਲ ਨੱਟ ਨੁੱਟ ਵੀ ਨੀ ਸੀ ਤੇ ਸਾਰਿਆਂ ਨੇ ਕਿਹਾ ਭਾਈ ਇਹ ਨੀ ਠੀਕ ਹੋਣਾ ਇਹ 1200 ਰੁਪਏ ਦਾ ਨਵਾਂ ਹੋਣਾ ਉਦੋਂ 1200 ਰੁਪਏ ਬਹੁਤ ਹੁੰਦਾ ਸੀ ਤੁਸੀਂ ਉਹਨੂੰ ਬਰੇਟ ਨਾਲ ਕੱਟ ਕੇ ਉਹਦੇ ਵਿੱਚੋਂ ਕੁਛ ਕਰਕੇ ਚਲਾ ਦਿੱਤਾ ਸੀ ਬਿਲਕੁਲ ਤੁਸੀਂ ਐਸੀਆਂ ਐਸੀਆਂ ਪੰਜ ਚੀਜ਼ਾਂ ਚਲਾ ਦਿੱਤੀਆਂ ਖਰਾਬ ਚੀਜ਼ਾਂ ਜਿਹੜੇ ਲੋਕਾਂ ਨੇ ਕਿਹਾ ਵੀ ਇਹ ਚੱਲ ਹੀ ਨਹੀਂ ਸਕਦੇ ਤੁਸੀਂ ਉਹ ਠੀਕ ਕਰਦੀਆਂ ਇਹ ਦੋ ਜਿਹੜੇ ਪੁਰਜ਼ੇ ਨੇ ਫੈਸਲ ਫਰੀਦ ਤੁਹਾਡੇ ਹਿਸਾਬ ਨਾਲ ਤੁਹਾਡੇ ਸਾਹਮਣੇ ਹਰ ਚੀਜ਼ ਕਰਕੇ ਦੇਖ ਲਈ ਕੀ ਐਸਾ ਹੋਣਾ ਚਾਹੀਦਾ ਕਿ ਵੀ ਜਿਹੜਾ ਇਹ ਟਾਈਮ ਸਿਰ ਆ ਜਾਵੇ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਇਹਨਾਂ ਦਾ ਹੱਲ ਇਹ ਹੈ ਇਹਨਾਂ ਨੂੰ ਸਕੈਨਰ ਲਾ ਦਿਓ ਸਕੈਨਰ ਸਮਝਦੇ ਆ ਲਾਤਾ ਫਿਰ ਯਾਨੀ ਕਿ ਜਦੋਂ ਟੀਚਰਾਂ ਆਉਂਦੀਆਂ ਫਿਰ ਨਾ ਯੂਨੀਵਰਸਿਟੀ ਲਾਤਾ ਉਹਦਾ ਕੀ ਹੋਏਗਾ ਉਹਦਾ ਇਹ ਹੋਏਗਾ ਵੀ ਜਿੰਨੇ ਮਿੰਟ ਲੇਟ ਆਣਗੇ ਨਾ ਉਨੇ ਮਿੰਟ ਦੀ ਉਹਨਾਂ ਦੀ ਸੈਲਰੀ ਕੱਟੀ ਜਾਏਗੀ ਇਹ ਯੂਨੀਵਰਸਿਟੀ 'ਚ ਮੈਂ ਜਾਂਦਾ ਸੀ ਨਾ ਜਿਹੜਾ ਮੈਂ ਕੰਮ ਕਰਦਾ ਸੀ ਉਹਨਾਂ ਦੇ ਛਾੜੇ ਪਾਣੇ ਉਹਨਾਂ ਦੇ ਮੁੜ ਕੇ ਤਰਲੇ ਮੁੜ ਕੇ ਉਹਨਾਂ ਦੇ ਪੈਰੀ ਪੈਣਾ ਉਸਤਾਦ ਜੀ ਉਹ ਨਹੀਂ ਕੋ ਹੋਰ ਦੱਸ ਤਰੀਕ ਇਦਾਂ ਦੇ ਉਹਨਾਂ ਦੇ ਪੱਲੇ ਹੀ ਕੁਛ ਨਹੀਂ ਰਿਹਾ ਕਰਨਾ ਤੁਸੀਂ ਏਦਾਂ ਕਰਦੇ ਸੜਨਾ ਲੋਕੀ ਉਸਤਾਦ ਪਤਾ ਨੀ ਕੀ ਕਰਦੇ ਤੁਸੀਂ ਕਿਹੜੇ ਉਸਤਾਦ ਹੋ ਹੋਰ ਕੋਈ ਦੱਸ ਕੋਈ ਤਰੀਕਾ ਅੱਛਾ ਹੋਰ ਤਰੀਕਾ ਇੱਕ ਇਹ ਹੈ ਦੋ ਇਹਨਾਂ ਨੂੰ ਨਾ ਕਰੰਟ ਵਾਲੀ ਡਿਵਾਈਸ ਬਣਾ ਕਰੰਟ ਵਾਲੀ ਅੱਛਾ ਜਿਹੜੀ ਇਹਨਾਂ ਦੇ ਜਿਸਮ ਨਾਲ ਬੰਨਦੀ ਇਹਦਾ ਰਿਮੋਟ ਹੋਵੇ ਮੇਰੇ ਕੋਲ ਔਰ ਉਹ ਇੱਦਾਂ ਬੱਚੀ ਹੋਵੇ ਕਿ ਲਾਹ ਨਾ ਸਕਣ ਨਾ ਉਹਨੂੰ ਖਰਾਬ ਕਰ ਸਕਣ ਠੀਕ ਆ ਜੀ 12 ਤੋਂ ਬਾਅਦ ਮੈਂ ਉਹਨੂੰ ਨੱਪਣਾ ਸ਼ੁਰੂ ਕਰਦੇ ਇਹਨਾਂ ਨੂੰ ਝਟਕੇ ਵੱਜਣ ਨੈੱਟ ਦੇ ਨਾਲ ਨੈੱਟ ਦੇ ਨਾਲ ਇਹ ਇੰਜ ਕਰਕੇ ਇੰਜ ਕਰਾ ਤੇ ਇਹਨਾਂ ਨੂੰ 220 ਵੋਲਟ ਦਾ ਇੰਜ ਝਟਕਾ ਵੱਜੇ ਤੇ ਕਹਿਣ ਵੀ ਜਾਣਾ ਵਾ ਠੀਕ ਹੋ ਗਿਆ ਜਿਹੜਾ ਉਸ ਤੋਂ ਬਾਅਦ ਅੰਦਰ ਆਇਆ ਕਰੰਟ ਖਾ ਕੇ ਬਾਹਰ ਹੀ ਉਹ ਕਹਿਣਗੇ ਅਸੀਂ 2 ਲੇਟ ਹੋ ਸਕਦਾ ਕਰੰਟ ਪਿਆ ਅਸੀਂ ਵਾਪਸ ਚਲੇ ਗਏ ਕਰੰਟ ਪਿਆ ਵੀ ਇਦਾਂ ਦਾ ਕਿ ਵਾਪਸ ਇਹਨਾਂ ਦੇ ਆਪਰੇਸ਼ਨ ਕਰਕੇ ਇਹਨਾਂ ਦੀਆਂ ਸਕਿਨਾਂ ਦੇ ਅੰਦਰ ਕੋਈ ਡਿਵਾਈਸਾਂ ਲਾਈਆਂ ਜਿਵੇਂ ਗੋਰੇ ਨਹੀਂ ਲਾਉਂਦੇ ਉਹ ਤੂੰ ਫਿਲਮ ਵੇਖੀ ਜਦੋਂ ਉਹਦੇ ਦਿਲ ਦੇ ਵਿੱਚ ਕੋਈ ਉਹ ਫਿੱਟ ਕਰ ਦਿੰਦੇ ਆ ਉਹ ਹੀਰੋ ਦੇ ਉਹ ਗੰਜੇ ਜੇ ਦੇ ਉਹਦੇ ਦਿਲ 'ਚ ਕੋਈ ਚੀਜ਼ ਫਿੱਟ ਕਰ ਦਿੰਦੇ ਆ ਤਾਂ ਉਹ ਉਹਨੂੰ ਨਾ ਉਹ ਜਦੋਂ ਡਰਾਮ ਨਾਲ ਬਹਿੰਦਾ ਨਾ ਤਾਂ ਉਹਦੀ ਉਹ ਹਾਰਟਬੀਟ ਬਹਿਣੀ ਸ਼ੁਰੂ ਹੋ ਜਾਂਦੀ ਫਿਰ ਉਹ ਦੌੜਦਾ ਵਾ ਯਾਨੀ ਆਪਣੇ ਆਪ ਨੂੰ ਵਾਕ ਕਰਦਾ ਵਾ ਮਾਰਦਾ ਵਾ ਉਹਦੀ ਜਿਸਮ ਨੂੰ ਤਪਸ਼ ਦਿੰਦਾ ਤਾਂ ਫਿਰ ਉਹ ਠੀਕ ਹੁੰਦਾ ਉਹ ਵਿਚਾਰਾ ਪੂਰੀ ਫਿਲਮ ਜਦੋਂ ਅਜ਼ਾਬ ਉਹਦੇ ਵਿਲਨ ਨੇ ਫੜ ਕੇ ਨਾ ਸੈਟੀਆਂ ਨੇ ਅੱਛਾ ਅੱਛਾ ਉਹਦੇ ਅੰਦਰ ਆਪਰੇਸ਼ਨ ਕਰਕੇ ਉਹਦੇ ਦਿਲ ਨਾਲ ਲਾ ਦਿੰਦੇ ਵੀ ਇਹਨੂੰ ਭੱਜਣਾ ਸੀ ਪਈ ਭੱਜਣਾ ਨਹੀਂ ਨਹੀਂ ਇਹ ਪਾਕਿਸਤਾਨ ਹੈ ਇੱਥੇ ਕਰੰਟ ਲਾਉਂਦਾ ਆਪਣੇ ਆਪ ਨੂੰ ਹਾਂ ਉਹ ਜਦੋਂ ਦੇਖਦਾ ਨਾ ਕਿ ਮੈਂ ਗਿਆ ਉਹ ਜਦੋਂ ਬੈਟਰੀ ਡਾਊਨ ਹੁੰਦੀ ਉਹ ਬੈਟਰੀ ਚਾਰਜ ਕਰਨ ਲਈ ਉਹਦੇ ਜਿਸਮ ਨੂੰ ਕਰੰਟ ਲੱਗਣਾ ਤੇ ਬੈਟਰੀ ਚਾਰਜ ਹੋਣੀ ਜਾਂ ਤਵਾਨਾਈ ਹੋਣੀ ਤੇ ਉਹ ਭਾਈ ਆਪਣੇ ਆਪ ਨੂੰ ਕਰੰਟ ਲਾਉਂਦਾ ਤਾਰਾਂ ਫੜ ਲੈਂਦਾ ਫਿਰ ਉਹ ਠੀਕ ਹੁੰਦਾ ਇੰਜ ਦਾ ਕੋਈ ਹਿਸਾਬ ਕਰੀਏ ਇਹਨਾਂ ਦੇ ਨਾਲ ਕੋਈ ਐਸੀ ਡਿਵਾਈਸ ਬਣਾ ਇਹਨਾਂ ਦੀਆਂ ਮੈਂ ਐਸੀ ਜਗ੍ਹਾ ਤੇ ਲਾਵਾਂ ਇਹਨਾਂ ਨੂੰ ਝਟਕਾ ਵੱਜੇ 11,000 ਵੋਲਟ ਦਾ
ਫਾਰਗ ਨਾ ਹੋ ਜਾਣਾ ਫਾਰਗ ਨਾ ਹੋ ਜਾਣਾ ਜਾਂਦੇ ਕੰਮ ਤੇ ਜਾਂਦੇ ਰਹੋ ਟੀ ਟਾਈਮ ਤੋਂ ਬੈਠੇ ਰਹੋ ਤੁਹਾਨੂੰ ਕਾਹਦੇ ਵਾਸਤੇ ਰੱਖਿਆ ਤੁਸੀਂ ਆਪ ਹੀ ਸਹੀ ਕਰ ਦੋਗੇ ਜਦੋਂ ਫਾਰਗ ਹੋ ਜਾਣੇ ਨਾ ਉਸਤਾਦ ਜੀ ਇਹਨਾਂ ਨੂੰ ਇੱਕ ਡਿਵਾਈਸ ਲਾ ਇਹਨਾਂ ਦੇ ਅੰਦਰ ਤੁਸੀਂ ਡਿਵਾਈਸ ਤੇ ਲਵਾ ਲੋਗੇ ਉਹਦੇ ਵਿੱਚ ਝਟਕੇ ਲੱਗਿਆ ਕਰਨਗੇ ਉਹਨਾਂ ਦੇ ਬਾਅਦ ਉਹ ਦਵਾਈਆਂ ਦੇ ਪੈਸੇ ਦੇ ਲਓ ਮੈਨੂਅਲ ਤਰੀਕਾ ਜਿਹੜਾ ਨਾ ਹਾਂ ਉਹ ਇਹ ਆ ਵੀ ਤੁਸੀਂ ਜਦੋਂ ਘਰੋਂ ਨਿਕਲੋ ਨਾ ਸਭ ਤੋਂ ਪਹਿਲੇ ਫਰੀਦ ਵੱਲ ਚਲੇ ਜਾਓ ਫਰੀਦ ਨੂੰ ਵਿੱਚ ਬਿਠਾਓ ਮੁੜ ਕੇ ਫੈਸਲਾ ਲਾ ਨਹੀਂ ਮੈਂ ਆਪ ਸਵਾ ਸੀਨੇ ਪਹੁੰਚਾ ਇੱਧਰ ਲੁਕੋ ਬਹਿ ਗਏ ਕੋਈ ਗੱਲ ਨਾ ਉਸਤਾਦ ਜੀ ਤੁਸੀਂ ਕਹੋ ਜੇ ਬੰਦਾ ਰੱਖੀਏ ਇੱਕ ਨੂੰ ਫਰੀਦ ਵੱਲ ਭੇਜ ਦਿੱਤਾ ਚੱਲ ਵੀ ਫਰੀਦ ਨੂੰ ਲੈ ਕੇ ਆ ਇੱਕ ਨੂੰ ਉੱਧਰ ਭੇਜ ਦਿੱਤਾ ਫੈਸਲਾ ਲਾ ਉਹਨੂੰ ਲੈ ਕੇ ਆ ਇਹ ਕਿ ਉਹ ਆਪ ਕਰ ਲਓ ਸਾਜੀ ਆ ਕਿਹਦਾ ਤਰੀਕਾ ਵਾ ਤਿੰਨ ਚਾਰ ਸਿਲਨ ਨੂੰ ਆਲੋ ਆਲੋ ਭਾਈ ਦਾ ਬੜਾ ਬੜਾ ਨਾਲੇ ਦੇ ਇੱਕ ਇੱਕ ਨਾਲ ਲਿਆ ਹੀ ਆਪਣਾ ਆਪਣਾ ਆਲੋ ਭਾਈ ਆ ਤੇ ਅੱਡੀ ਸਾਜ ਚਮਚੀ ਕਿੱਥੇ ਸਤਾਰ ਜੀ ਤੁਸੀਂ ਤਾਂ ਇੰਜ ਫੁੱਲ ਮੰਗਾ ਲਏ ਜਿਵੇਂ ਉਹ ਕਿਲਾ ਫਤਿਹ ਕਰਕੇ ਆਇਆ ਆ ਮੋਟਰਸਾਈਕਲ ਇੱਥੇ ਲਾ ਦੋ ਆ ਚਾਬੀ ਮੈਨੂੰ ਦੇ ਦੋ ਚੱਲ ਕੇ ਆਏ ਸਾਰਾ ਕੇ ਅਜੇ ਸਰ ਆ ਕੇ ਗੁਜ਼ਰੇ ਯਹਾਂ ਸੇ ਸਰ ਗੁਜ਼ਰੇ ਨਾ ਕਿਆ ਕਰ ਰਿਹਾ ਫੈਸਲ ਔਰ ਫਰੀਦ ਆਏ ਹੈ ਫੈਸਲ ਔਰ ਫਰੀਦ ਆਏ ਸਾਜੀ ਚਾਹ ਪੀਓ ਸਾਜੀ ਚਾਹ ਬਰਸਾਓ
फैसल और फरीद आए हैं, फैसल और फरीद आए हैं। खाने का बोला, खाने का, खाने का खाना रेडी रेडी रेडी। ओ पांव जमीन पे रख लिए। ओए 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 की हो गया साजी, तानू की हो गया साडे नु? साडे हुंदे यार फरीद भाई, की हो गया तानू? फैसल साहब तुसी ठीक हो? तेरी तबीयत किस तरह? नाश्ता कीता तुसी? खाना रेडी है तेरा भाई, टेंशन नहीं लेनी। चालीस कदमां ते दुआ भी करनी है। हां ला चादर भी लिया मंगता ही आई। कंधों पे उठा लेते हैं। महेंद्र पुत्र फैसल रामे की जय। बैठो शाहरुख खान के अबू, शहनशाहों के शहनशाह, महाराजों के महाराजा, करण अर्जुन की जोड़ी। हाँ, और आपसे इल्तिजा है कि हम सब 1 बजे के आए हुए हैं और 4 बज गए हैं और लाइट भी नहीं है और ये अब कदम बता रहे हैं और चुप भी रहते हैं, और अगर हम टी टाइम करेंगे अब तो ये लाइट है क्योंकि अंदर लाइट बंद है पूरे पाकिस्तान की, तो आप इसको ऐसे करें और हमें खिदमत का सिर्फ मौका दे, सिर्फ 5 मिनट खिदमत का मौका दे। आप सिर्फ ना ऐसे हो गए इधर, ऐसे नीचे नीचे नीचे, नहीं 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 नहीं, गोल टुकड़ों के बाल ऐसे पास। आप प्लीज प्लीज सर प्लीज आ लीजिए, ठीक है? उतारे, ये उतार ले, ठीक है जी? नीचे ऐसे हाथ रखे आगे, ऐसे बस, ठीक है? मेरी रिक्वेस्ट है एक सर की, हम ये हमसे सीनियर है तो इनको ना हमसे ये काम ना करवाए, आप मार दो, हमसे हम दोनों लगाएंगे। उसको पकड़ के लाओ, तब आप संसद से बाहर जा रहे हैं। बैठे तशरीफ रखे, गोलों पर निशान ये पकड़ो, ये पकड़ो, आगे नीचे मारो, मारो जोर से मारो, एक दूसरे की इज्जत करो प्लीज, आपसे मारो जो आपसे कहा जाता है वो करें प्लीज, मारो जोर से नहीं मारा, जोर से नहीं मारा, बताता हूँ। चलो चलो मारो, नहीं ऐसे, संतन संतन से बाहर ना जाए, इधर ही रहे, चले चले, फिर आहिस्ता, फिर आहिस्ता, बहुत आहिस्ता लगा सर, बहुत आहिस्ता। रोज कल से रोज पत्तियां यहाँ पे होनी चाहिए, ठीक है? फूल, गजरे, मालाएं, हार, आज क्योंकि टाइम कम था सर, हम आपकी ज्यादा नहीं कर सकते, ढोल वाले भी नहीं आ सके, ढोल वाला एक, गजरे, माला, कलांट, कलांट, और इनकी पूरी, इनको इज्जत अफजाई से, क्योंकि सर इतने बड़े आर्टिस्ट
हीरे हीरे ठीक है, कॉमेडी किंग, कॉमेडी किंग वो अगर हमारे इस गरीब खाने पे आते हैं तो सर 3 बजे भी आ जाए, 4 बजे भी आ जाए तो सर ये हमारे लिए बहुत खुशी की बात है। चले जी, ओके ओके, हमारी आज तकदीर बदल गई, हमारे भाग जाग गए, भाग जाके इतने बड़े आर्टिस्ट हमारे पास आ गए। चले जी, कीड़ी घर शेर आ गए। चलो चलो, उठे इतनी हुई नहीं जितनी आप महसूस कर रहे हैं, उठे प्लीज, खड़ी कर ले।